पंजाब लुधियाना के गणपति टेम्बर में लगी अचानक आग से लाखों रुपए का नुकसान होने की खबर है। मौके पर दमकल की 7 से ज्यादा गाड़ियां पहुंची। फायर ब्रिगेड की टीम ने बड़ी मुशक्कत के बाद आग पर काबू किया। ਮਾਲ ਦੇ ਬਿਲਕੁਲ ਨਾਲ ਹੈ ਜੀ, ਗਣਪਤ ਜੀ ਟਿੰਬਰ। ਸਵੇਰੇ 7:40 ਤੇ ਮੈਨੂੰ ਇੰਟੀਮੇਸ਼ਨ ਆਈ ਕਿ ਇੱਥੇ ਅੱਗ ਲੱਗੀ ਆ। 7:40 ਤੇ ਮੈਂ ਗੱਡੀ ਲੈ ਕੇ ਆ ਗਿਆ ਔਰ ਦੇਖਿਆ ਜੀ ਅੱਗ ਬਹੁਤ ਜ਼ਿਆਦਾ ਸੀਗੀ ਔਰ ਮੈਂ ਗੱਡੀ ਲਾ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰਵਾਇਆ ਟੀਮ ਤੋਂ ਨਾਲ ਖੁੱਲ ਕੀਤਾ, ਲੇਕਿਨ ਹੁਣ ਅੱਗ 90% ਤੋਂ ਉੱਪਰ ਹੋ ਚੁੱਕੀ ਆ। ਕਿੰਨੇ ਗੱਡੀਆਂ ਦੇ 'ਚ ਮੁਸ਼ਕਲ ਤੱਕ ਕਰਨੀ ਪਈ ਹੈ ਜੀ? ਕਿੰਨੀਆਂ ਗੱਡੀਆਂ? ਦੇਖੋ ਜੀ, ਮੈਂ ਵਾਟਰ ਬੋਲ 'ਚ ਮੰਗਵਾਇਆ 4 ਗੱਡੀ ਦੇ ਬਰਾਬਰ ਇੱਕ ਗੱਡੀ ਅਤੇ 2 ਇੱਕ ਗੇਅਰ ਦਾ ਫਾਇਰ ਟੈਂਡਰ ਅਤੇ ਇੱਕ ਆਪਣਾ ਹੈਡਕੁਆਰਟਰ ਫਾਇਰ ਟੈਂਡਰ। ਚਾਰੋਂ ਜੋਨਾਂ ਦੀ ਗੱਡੀਆਂ ਆਈਆਂ ਜੀ? ਨਹੀਂ, 4 ਜੋਨ ਦੀ ਗੱਡੀ ਨਹੀਂ ਆਈ, 3 ਜੋਨ ਦੀ ਗੱਡੀ ਆਈ ਸਰ। ਅਤੇ ਹੁਣ ਅੱਗ 90% ਓਕੇ ਆ। ਕਿੰਨੇ ਕੁ ਦਾ ਨੁਕਸਾਨ ਦਾ ਗੱਲ? ਗੁੱਡ ਲੋਡ ਵੀ ਸਰ। ਬੋਰਡ ਕਿੱਥੇ ਕੰਮ ਤਾਂ ਜਲਦੀ ਹੋਊਗਾ?